ਲੁਧਿਆਣਾ ਦੇ ਹਲਕਾ ਸੈਂਟਰਲ ਅਧੀਨ ਵਾਰਡ ਨੰਬਰ 75 ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਵਾਰਡ ਇੰਚਾਰਜ ਵਿਜੇ ਸਿੰਘ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਨਵੇਂ ਲੱਗਣ ਜਾ ਰਹੇ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 10,67,000 ਦੀ ਲਾਗਤ ਦੇ ਨਾਲ ਇਹ ਉਦਘਾਟਨ ਕੀਤਾ ਗਿਆ ਅਤੇ ਇਲਾਕੇ ਦੇ ਵਿੱਚ ਪਾਣੀ ਦੀ ਕਿੱਲਤ ਕਾਫੀ ਲੰਬੇ ਸਮੇਂ ਤੋਂ ਆ ਰਹੀ ਸੀ, ਉਸ ਦਾ ਉਦਘਾਟਨ ਕੀਤਾ ਗਿਆ। ਲੋਕਾਂ ਦੇ ਜਲਦ ਹੀ ਹਵਾਲੇ ਕਰ ਦਿੱਤਾ ਜਾਵੇਗਾ। ਲੁਧਿਆਣਾ ਲਾਈਵ ਲਈ ਹਾਂਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਡੇ ਹਲਕਾ ਸੈਂਟਰ ਤੋਂ MLA ਸ਼੍ਰੀ ਅਸ਼ੋਕ ਪਰਾਸ਼ਰ ਪੱਪੀ ਜੀ, ਜੋ ਲੋਕਾਂ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਜਾਣ ਕੇ, ਕਿਉਂਕਿ ਉਹਨਾਂ ਨੇ ਪਹਿਲੇ ਦਿਨ ਤੋਂ ਕਿਹਾ ਸੀ ਕਿ 2,00,000 ਵੋਟਰ ਜਿਹੜਾ ਹੈ ਉਹ ਮੇਰਾ ਪਰਿਵਾਰ ਹੈ, ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਅੱਜ ਗੁਰਦੁਆਰਾ ਬਾਬਾ ਸ਼੍ਰੀ ਚੰਦ ਸਾਹਿਬ ਦੇ ਸਾਹਮਣੇ ਵਾਰਡ ਨੰਬਰ 52 ਅਤੇ 75 ਇਹਦੇ ਵਿੱਚ ਜਿਹੜਾ ਬਾਹਰ ਟਿਊਬਵੈੱਲ ਲੱਗਾ ਸੀ ਉਹ ਬਿਲਕੁਲ ਫੇਲ ਹੋ ਚੁੱਕਾ ਸੀਗਾ ਅਤੇ ਉਹਦੇ ਬਿਲਕੁਲ ਸਾਹਮਣੇ ਜਿਹੜਾ ਨਵਾਂ ਟਿਊਬਵੈੱਲ ਹੈ 10,67,000 ਦੀ ਲਾਗਤ ਦੇ ਨਾਲ ਜਿਹੜਾ ਹੈ ਉਹ ਨਵਾਂ ਟਿਊਬਵੈੱਲ ਦਾ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਹੈ, ਕਿਉਂਕਿ ਪਾਣੀ ਦੀ ਜਿਹੜੀ ਸਮੱਸਿਆ ਬੜੀ ਵੱਡੀ ਸਮੱਸਿਆ ਹੈ ਔਰ ਪਾਣੀ ਦੀ ਦਿੱਕਤ ਜਿਹੜੀ ਨਾ ਆ ਸਕੇ। ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿੱਥੇ ਵਾਰਡ ਨੰਬਰ 52 ਨਵਾਂ 75 ਉੱਥੇ ਵੀ ਮੂਰਤ ਕੀਤਾ ਔਰ ਅੱਜ ਵਾਟਰ ਸਪਲਾਈ ਦੀ ਸਾਰੀ ਪਾਈਪ ਔਰ ਨਵਾਂ ਜਿਹੜਾ ਇੱਥੇ ਵੀ ਟੱਕ ਲਾਇਆ ਵਾਰਡ ਨੰਬਰ 30 ਦੇ ਵਿੱਚ ਵੀ ਅਸ਼ੋਕ ਪਰਾਸ਼ਰ ਪੱਪੀ ਜੀ ਵੱਲੋਂ ਜਿਹੜਾ ਅੱਜ ਟੱਕ ਲਾ ਕੇ ਉਦਘਾਟਨ ਕੀਤਾ ਗਿਆ ਔਰ ਜਲਦ ਤੋਂ ਜਲਦ ਜਿਹੜੇ ਕੰਮ ਹੈ ਇਹ ਨੇਪਰੇ ਚੜ੍ਹਨਗੇ, ਕਿਉਂਕਿ ਹਮੇਸ਼ਾ MLA ਸਾਹਿਬ ਨੇ ਇਹ ਗੱਲ ਕਹੀ ਕਿ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਜਿਹੜਾ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਔਰ ਉਸ ਵਿਕਾਸ ਦੀ ਲੜੀ ਦੇ ਤਹਿਤ ਅੱਗੇ ਤੁਰਦੇ ਹੋਏ ਅੱਜ ਜਿਹੜਾ ਮੂਰਤ ਕੀਤਾ ਗਿਆ ਜੀ। ਇਲਾਕੇ ਦੇ ਵਿੱਚ ਕੌਂਸਲ ਦੀ ਗੱਲ ਕਰੀਏ, ਪਿਆਰ ਮਿਲ ਰਿਹਾ, ਤੁਸੀਂ ਕੈਂਪ ਵੀ ਬੜੇ ਲਾ ਰਹੇ ਹੋ, ਹਾਂਜੀ ਅੱਗੇ ਵੀ ਹੋਰ ਪਾਰਟੀਆਂ ਵਿੱਚ ਰਹੇ ਹੋ, ਇਹ ਪਾਰਟੀ 'ਚ ਆਏ ਹੋ, ਕੰਮ ਤੁਹਾਡੇ ਅੱਧੇ ਚੱਲ ਰਿਹਾ। ਦੇਖੋ ਗੱਲ ਇਹ ਹੈ ਕਿ ਜਿੰਨੇ ਸੇਵਾ ਕਰਨੀ ਹੈ ਸੇਵਾ ਦੇ ਨਾਲ, ਉਹਦੇ ਵਿੱਚ ਕੋਈ ਆਪਾਂ ਕਿਸੇ ਦੇ ਨਹੀਂ ਕਹਿ ਸਕਦੇ ਵੀ ਕਿੱਥੇ ਸੀ ਕਿੱਥੇ ਨਹੀਂ, ਜਿੰਨੇ ਸੇਵਾ ਕਰਨੀ ਹੈ ਔਰ ਉਹ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਕਿਉਂਕਿ ਜਿੰਨੇ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹਿੱਤ ਲਈ ਜਿਹੜਾ ਪਿਆਰ ਕਰਦਾ ਉਹ ਜਿਸ ਤਰ੍ਹਾਂ ਸਾਡੇ MLA ਸਾਹਿਬ ਸਰਦਾਰ ਭਗਵੰਤ ਸਿੰਘ ਮਾਨ, ਸਾਡੇ CM ਸਾਹਿਬ ਹਮੇਸ਼ਾ ਹੀ ਜੋ ਪੰਜਾਬ ਦੇ ਭਲੇ ਦੀ ਹਮੇਸ਼ਾ ਗੱਲ ਕਰਦੇ ਆਏ ਹੈ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗੱਲ ਕਰਦੇ ਆਏ ਹੈ ਔਰ ਤੁਸੀਂ ਜਿੱਥੇ ਵਾਰਡ ਦੀ ਵੀ ਆਪਾਂ ਗੱਲ ਕਰਦੇ ਹਾਂ ਉਹ ਨਿਰੰਤਰ ਤੁਹਾਡੇ ਸਾਹਮਣੇ ਆ ਕਿ ਪਿਛਲੀ ਇਲੈਕਸ਼ਨ ਤੋਂ ਬਾਅਦ ਵੀ ਨਿਰੰਤਰ 10 ਸਾਲ ਹੋ ਗਏ ਹੈ ਵਾਰਡ ਦੇ ਵਿੱਚ ਜਿਹੜਾ ਉਹ ਸੇਵਾ ਕਰਦੇ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਸੇਵਾ ਦੀ ਜਿਹੜੇ ਕਾਰਜ ਨੇ ਉਹ ਜਾਰੀ ਰਹਿਣਗੇ। ਲੱਗਦਾ ਨਹੀਂ ਇਲਾਕੇ ਦੇ ਬਹੁਤ ਸੇਵਾਦਾਰ ਬਣ ਗਏ, ਵੋਟ ਲੱਗੇ ਹੋਏ ਆ, ਕਿ ਸਮਾਨ ਮੌਕਾ ਮਿਲੂਗਾ ਤੁਹਾਨੂੰ ਟਿਕਟ? ਨਹੀਂ, ਦੇਖੋ ਗੱਲ ਇਹ ਹੈ ਕਿ ਆਪੋ ਆਪਣਾ ਜਿਹੜਾ ਇਹ ਡੈਮੋਕ੍ਰੇਸੀ ਹੈ, ਹਰੇਕ ਨੇ ਟਿਕਟ ਮੰਗਣ ਦਾ ਹਰੇਕ ਨੂੰ ਅਧਿਕਾਰ ਹੈ, ਪਰ ਟਿਕਟ ਇੱਕ ਨੂੰ ਮਿਲਣੀ ਹੈ, ਪਾਰਟੀ ਜਿੱਥੇ ਸਾਡੀ ਸੇਵਾ ਲਾਏਗੀ ਅਸੀਂ ਤਤਪਰ ਤਿਆਰ ਹੋ ਕੇ ਖੜਾਂਗੇ, ਅਸੀਂ ਪਾਰਟੀ ਦਾ ਝੰਡਾ ਚੱਕਾਂਗੇ, ਪਾਰਟੀ ਦੇ ਝੰਡੇ ਥੱਲੇ ਹਾਂ ਸਾਰੇ ਮੇਰੇ ਭਰਾ ਨੇ ਔਰ ਰਲ ਕੇ ਅਸੀਂ ਇੱਕ ਦੂਜੇ ਦਾ ਜਿਹੜਾ ਸਾਥ ਦੇਵਾਂਗੇ। ਹਾਂਜੀ, ਇਹ ਦੋ ਵਾਰਡਾਂ ਦੇ ਵਿੱਚ ਵਾਰਡ ਨੰਬਰ 30 ਅਤੇ ਵਾਰਡ ਨੰਬਰ ਰਾਜੂ ਵਾਲੀ 52, ਇਹ ਦੋਨਾਂ ਵਾਰਡਾਂ ਦੇ ਵਿੱਚ ਪਾਣੀ ਦੀ ਸਮੱਸਿਆ ਸੀ ਬਹੁਤ ਜ਼ਿਆਦਾ। ਇੱਕ ਪਿਛਲਾ ਟਿਊਬਵੈੱਲ ਜਿਹੜਾ ਵਾਰਡ ਨੰਬਰ 56 ਜਾ ਉਹ ਫੇਲ ਹੋ ਚੁੱਕਿਆ ਸੀ, ਉੱਥੇ ਨਵਾਂ ਟਿਊਬਵੈੱਲ ਲਾਇਆ ਗਿਆ ਵਾ, ਇਹ ਵਾਰਡ ਨੰਬਰ 30 ਦੇ ਵਿੱਚ ਲਾਇਆ ਗਿਆ। 36,67,000 ਦੀ ਲਾਗਤ ਨਾਲ ਇਹ ਟਿਊਬਵੈੱਲ ਜਿਹੜਾ ਲਾਇਆ ਗਿਆ। ਜਿਹੜਾ ਪਿਛਲਾ ਟਿਊਬਵੈੱਲ ਆ ਉਹ 10,67,000 ਦੀ ਲਾਗਤ ਨਾਲ ਲੱਗਿਆ, ਦੋ ਟਿਊਬਵੈੱਲ ਜਿਹੜੇ ਆ ਅੱਜ ਉਹ 50,00,000 ਦੇ ਕਰੀਬ ਲੱਗ ਕੇ ਦੋਨਾਂ ਲੱਖ ਵਾਰਡਾਂ ਦੇ ਵਿੱਚ ਪਾਣੀ ਖੁੱਲ੍ਹਾ ਆਊਗਾ, ਲੋਕਾਂ ਦੀ ਜ਼ਰੂਰਤ ਪੂਰੀ ਹੋਊਗੀ। ਵਿਕਾਸ ਦੀ ਗੱਲਾਂ ਦੀ ਗੱਲ ਕਰੀਏ, ਵਿਕਾਸ ਦੇ ਕੰਮ ਕਿੱਦਾਂ ਦੀ ਲਹਿਰ ਲੱਗੀ ਲੋਕਾਂ? ਦੇਖੋ, ਵਿਕਾਸ ਕਰਨਾ ਹਰ ਰਾਜਨੀਤੀ ਪਾਰਟੀ ਦਾ ਧਰਮ ਅਤੇ ਕਰਮ ਹੁੰਦਾ, ਕਿਉਂਕਿ ਇਹਨਾਂ ਲੋਕਾਂ ਨੇ ਮਤ ਦਾ ਦਾਨ ਦਿੱਤਾ ਸਾਨੂੰ। ਜੇ ਬੰਦੇ ਮਤ ਦਾ ਦਾਨ ਲੈ ਕੇ ਇਹਨਾਂ ਲੋਕਾਂ ਨੂੰ ਅਣਦੇਖਿਆ ਕਰੂਗੇ, ਇਹਨਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰੂਗੀਆਂ, ਅਤੇ ਅਗਲੀ ਵਾਰ ਇਹ ਵੀ ਫਿਰ ਤਿਆਰ ਹੁੰਦੇ ਅਗਲਿਆਂ ਨੂੰ ਘਰ ਬਿਠਾਉਣ ਲਈ। ਇਸ ਕਰਕੇ ਪਬਲਿਕ ਦਾ ਕੰਮ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਕਹਿਣਾ ਵਾ ਵੀ ਵਾਅਦਾ ਉਹ ਕਰਿਓ ਜਿਹੜਾ ਪੂਰਾ ਕਰਨਾ ਵਾ।
ਸਾਡੀ ਇਹ ਸੋਚ ਆ, ਅਸੀਂ 92 ਮੈਂਬਰ ਇਹਨਾਂ ਲੋਕਾਂ ਨੇ ਚੁਣ ਕੇ ਵਿਧਾਨ ਸਭਾ 'ਚ ਭੇਜੇ ਆ। ਪੰਜਾਬ ਦੀ ਹਿਸਟਰੀ ਦੇ ਵਿੱਚ ਨਹੀਂ ਕਦੇ ਇੰਨੇ ਮੈਂਬਰ ਗਏ ਆ ਜਿੱਤ ਕੇ। ਇਹਨਾਂ ਲੋਕਾਂ ਦੀ ਜੋ ਸਾਡੇ 'ਤੇ ਭਰੋਸਾ ਵਾ, ਜੋ ਇਹਨਾਂ ਦੀ ਜ਼ਰੂਰਤ ਆ, ਇਕੱਲੀ ਇਕੱਲੀ ਜ਼ਰੂਰਤ ਵੀ ਪੂਰੀ ਕੀਤੀ ਜਾਊਗੀ, ਇਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ। ਗੱਲ ਕਰੀਏ ਆਪਾਂ ਕੌਂਸਲ ਦੇ ਸਿਸਟਮ ਆ ਰਹੇ, ਕੋਈ ਲੇਡੀਜ਼ ਨੂੰ ਮੌਕਾ ਮਿਲੂ? ਸਾਰੀਆਂ ਲੇਡੀ ਦਾ ਤਾਂ ਕੋਟਾ ਵਾ, ਲੇਡੀ ਨੇ ਤਾਂ ਤੁਸੀਂ ਦੇਖ ਲਿਓ ਵੀ ਸਾਡੇ ਜਿਹੜੇ 15 ਵਾਰਡਾਂ ਨੇ ਮੇਰੇ, ਮੈਂ ਤੁਹਾਨੂੰ ਦੱਸ ਰਿਹਾ 7 ਤਾਂ ਲੇਡੀ ਲੜ ਰਹੀਆਂ ਨੇ 15 ਚੋਂ। ਨਹੀਂ ਦੇਖੋ, ਸਾਨੂੰ ਸਾਡੀ ਨਾਰੀ ਸ਼ਕਤੀ, ਇਹ ਮਾਤਾ ਗੁਜਰ ਕੌਰ ਦੇ ਵੀ ਹੁਣ ਦਿਹਾੜੇ ਹੋ ਕੇ ਨਿਕਲੇ ਆ। ਇਹਨਾਂ ਮਾਵਾਂ ਤੋਂ, ਭੈਣਾਂ ਤੋਂ ਬਿਨਾਂ ਸਾਡਾ ਕਿਤੇ ਅੱਗੇ ਵਿਕਾਸ ਨਹੀਂ ਹੁੰਦਾ। ਇਹਨਾਂ ਦਾ ਹਰ ਕੰਮ ਦੇ ਵਿੱਚ ਯੋਗਦਾਨ ਪਹਿਲਾਂ ਹੋਊਗਾ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।